ਵਿਦੇਸ਼ੋਂ ਆਏ ਪਰਿਵਾਰ ਦੀ ਬੱਸ ਨਾਲ ਹੋਈ ਭਿਆਨਕ ਟੱਕਰ। ਹਾਦਸੇ ਵਿੱਚ ਸਕੋਰਪੀਓ ਕਾਰ ਦੇ ਉੱਡ ਗਏ ਪਰਖੱਚੇ। ਐਨਆਰਆਈ ਮਹਿਲਾ ਦੀ ਹਾਦਸੇ ਕਾਰਨ ਚਲੀ ਗਈ ਜਾਨ। ਦੱਸਦੀ ਕਿ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਜੋ ਕਿ ਕੈਨੇਡਾ ਅਤੇ ਅਮਰੀਕਾ ਤੋਂ ਪੰਜਾਬ ਆਏ ਸੀ, ਉਹਨਾਂ ਦੀ ਸਕੋਰਪੀਓ ਕਾਰ ਦੀ ਪੀਆਰਟੀਸੀ ਬੱਸ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਐਨਆਰਆਈ ਮਹਿਲਾ ਦੀ ਮੌਤ ਹੋ ਗਈ। ਦੱਸਦੇ ਕਿ ਮਾਮਲਾ ਜਲੰਧਰ ਦਾ ਹੈ ਜਿੱਥੇ ਗੁਰਾਇਆ ਤੋਂ ਡੱਲੇਵਾਲ ਵੱਲ ਜਾ ਰਹੇ ਚੌਂਕ 'ਤੇ ਇਹ ਭਿਆਨਕ ਸੜਕ ਹਾਦਸਾ ਹੋਇਆ ਜਿੱਥੇ ਦੁਪਹਿਰ ਨੂੰ ਜਦ ਅਮਰੀਕਾ ਅਤੇ ਕੈਨੇਡਾ ਤੋਂ ਆਇਆ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦੇ ਵਿੱਚ ਇੱਕ ਐਨਆਰਆਈ ਮਹਿਲਾ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਦਸੇ ਵਿੱਚ ਹੋਏ ਸ਼ਿਕਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਆਏ ਨੇ ਅਤੇ ਉਹ ਪਿੰਡ ਫਲਪੋਤਾ ਦੇ ਰਹਿਣ ਵਾਲੇ ਨੇ ਜੋ ਕਿ ਆਪਣੀ ਸਕੋਰਪੀਓ ਗੱਡੀ ਦੇ ਵਿੱਚ 4 ਲੋਕ ਸਵਾਰ ਹੋ ਕੇ ਜਾ ਰਹੇ ਸੀ ਜਿਸ ਦੇ ਵਿੱਚ ਉਹਨਾਂ ਦੀ ਭਾਬੀ, ਪਤਨੀ, ਭਰਾ ਜੋ ਕਿ ਅਮਰੀਕਾ ਤੋਂ ਆਏ ਨੇ ਉਹ ਵੀ ਸਵਾਰ ਸੀ ਅਤੇ ਗੱਡੀ ਨੂੰ ਸੁੱਚਾ ਸਿੰਘ ਚਲਾ ਰਿਹਾ ਸੀ ਅਤੇ ਜਦ ਉਹ ਗੁਰਾਇਆ ਤੋਂ ਡੱਲੇਵਾਲ ਫਾਟਕ ਵੱਲ ਸੜਕ ਕ੍ਰੋਸ ਕਰਨ ਲੱਗੇ ਤਾਂ ਲੁਧਿਆਣਾ ਤੋਂ ਗੁਰਾਇਆ ਵੱਲ ਆ ਰਹੀ ਇੱਕ ਪੀਆਰਟੀਸੀ ਬੱਸ ਦੇ ਨਾਲ ਉਹਨਾਂ ਦੀ ਸਕੋਰਪੀਓ ਗੱਡੀ ਦੀ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ ਚਾਰੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਫਗਵਾੜਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਅਵਤਾਰ ਕੌਰ ਅਤੇ ਸੁੱਚਾ ਸਿੰਘ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਉਹਨਾਂ ਨੂੰ DMC ਹਸਪਤਾਲ ਲੁਧਿਆਣੇ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਰਸਤੇ ਵਿੱਚ ਹੀ ਅਵਤਾਰ ਕੌਰ ਸਹੋਤਾ ਦੀ ਮੌਤ ਹੋ ਜਾਂਦੀ ਹੈ ਜਦਕਿ ਸੁੱਚਾ ਸਿੰਘ DMC ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਅਵਤਾਰ ਸਿੰਘ ਫਗਵਾੜਾ ਦੇ ਹਸਪਤਾਲ 'ਚ ਦਾਖਲ ਨੇ। ਮੌਕੇ 'ਤੇ ਪੁਲਿਸ ਨੇ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਉੱਥੇ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਕੀ ਮਾਮਲਾ ਕੀ ਜਿਹੜਾ ਅੱਜ ਗਾਂਧੀ ਹਸਪਤਾਲ ਆਏ? ਉਹ ਐਕਸੀਡੈਂਟ ਹੋ ਗਿਆ, ਬੱਸ ਮਾਰੀ ਹੁਣ ਘਰ ਦੇ ਵਿੱਚ। ਕਿਹੜੀ ਬੱਸ ਨਾਲ ਐਕਸੀਡੈਂਟ ਹੋਇਆ ਜੀ? ਪੰਜਾਬ ਰੋਡ 'ਤੇ। ਕਿਹੜੀ ਬੱਸ ਸੀ? ਪੰਜਾਬ ਰੋਡ 'ਤੇ। ਪੰਜਾਬ ਰੋਡ 'ਤੇ ਜੀ ਬੱਸ ਨਾਲ ਹੋਇਆ। ਤੁਸੀਂ ਕਦੇ ਸੀਗੇ ਜੀ? ਹਾਂਜੀ, ਤੁਸੀਂ ਕਦੇ ਕਿਹੜੀ ਗੱਡੀ 'ਚ ਸੀਗੇ? ਸਾਡੀ ਸਕੋਰਪੀਓ। ਹਾਂਜੀ, ਠੀਕ ਹੈ ਜੀ। ਕੀ ਐਕਸੀਡੈਂਟ ਹੋਇਆ, ਕਿੱਦਾਂ ਸਰ ਮੈਡਮ? ਅਸੀਂ ਤਾਂ ਜਾਂਦੇ ਸੀ, ਹੁਣ ਬੱਸ ਵਾਲੇ ਨੇ ਆ ਕੇ ਦੇਖਿਆ ਨਹੀਂ ਵਿੱਚ ਮਾਰੇ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? 4 ਸੀ। ਚਾਰਾਂ ਦੇ ਹਾਲਾਤ ਕਿੱਦਾਂ ਦੀ ਇਸ ਵੇਲੇ? ਹਾਂਜੀ, ਹਾਲਾਤ ਕਿੱਦਾਂ ਨੇ ਚਾਰਾਂ ਦੇ? ਇੱਕ ਦਾ ਤਾਂ ਬਹੁਤ ਜ਼ਿਆਦਾ ਆ। ਅੱਛਾ ਜੀ, ਲੁਧਿਆਣੇ ਦਾ ਆਨੰਦ ਹੋ ਗਏ। ਠੀਕ ਹੈ ਜੀ। ਕੀ ਨਾਮ ਉਹਨਾਂ ਦਾ? ਅਵਤਾਰ ਕੌਰ ਸਹੋਤਾ। ਅਵਤਾਰ ਕੌਰ ਸਹੋਤਾ। ਹਾਂਜੀ, ਤੇ ਜਿਹੜੇ ਆ ਬਾਪੂ ਜੀ ਨੇ ਇਹਨਾਂ ਦਾ ਕੀ ਨਾਮ ਹੈ? ਇਹਨਾਂ ਦਾ ਅਵਤਾਰ ਸਿੰਘ ਸਹੋਤਾ ਜੀ, ਮੇਰੇ ਹਸਬੰਡ ਆ। ਠੀਕ ਹੈ ਜੀ। ਹਾਂਜੀ, ਹੋਰ ਕਿੰਨੀਆਂ ਸਵਾਰੀਆਂ ਸੀ ਨਾਲ ਤੁਹਾਡੇ? ਇੱਕ ਨਾਲ ਮਤਲਬ ਮੇਰੀ ਦਰਾਣੀ ਸੀ, ਉਹਦਾ ਹਸਬੰਡ ਸੀ ਨਾਲ, 4 ਜਣੇ ਸੀ ਅਸੀਂ। ਇਹ ਕਿੱਥੇ ਹੋਇਆ ਐਕਸੀਡੈਂਟ? ਇਹ ਹੋਇਆ ਗਰਾਈ ਗਰਾਇਆ ਹੋਇਆ। ਹਾਂਜੀ। ਐਕਸੀਡੈਂਟ ਕਿੱਦਾਂ ਹੋਇਆ? ਐਕਸੀਡੈਂਟ ਬੱਸ ਲੰਘਣ ਲੱਗੇ ਸੀ, ਜਿੱਦਾਂ ਗੱਡੇ ਵਾਲਾ ਨੂੰ। ਹਾਂਜੀ, ਤੇ ਜਿੱਦਾਂ ਲੰਘ ਗਈ ਸੀ ਕਾਰ, ਤੇ ਉਹ ਬੱਸ ਆ ਕੇ ਵਿੱਚ ਲੱਗੀ। ਬੱਸ ਕਿਹੜੀ ਸੀਗੀ? ਰੋਡਵੇਜ਼ ਦੀ ਬੱਸ ਸੀ। ਕਿੰਨੀਆਂ ਸਵਾਰੀਆਂ ਸੀ ਆਪਣੀਆਂ ਵਿੱਚ? ਅਸੀਂ ਤਾਂ 4 ਹੀ ਸੀ। ਸਕੋਰਪੀਓ 'ਚ ਬੱਸ ਵਜੀ ਤੇ ਉਸ ਹੁੰਦੀ ਆਪਣੇ ਆਏ ਇੱਥੇ ਹਫ਼ਤਾ। ਅੱਛਾ ਜੀ। ਉਹਦੇ ਹੁੰਦੀ ਜਿਹੜੀ ਆਪਣੀ ਲੇਡੀ ਦੀ ਆਪਣੇ ਪਾਰਕੌਰ ਦੇ ਵੀ ਆਪਣੇ ਡੈਥ ਹੋ ਗਈ ਆ। ਓਕੇ, ਉਹਦੇ ਪਰਿਵਾਰਕ ਮੈਂਬਰ ਜੋ ਵੀ ਕਹਿਣਗੇ, ਜੋ ਵੀ ਜਾਣਦੇ ਨੇ ਉਹ ਸਾਨੂੰ ਪਤਾ। ਕਾਹਦੀ ਗੱਲ ਵਿੱਚ ਹੋਇਆ ਐਕਸੀਡੈਂਟ ਸਰ? ਬੱਸ ਲਈ ਅਤੇ ਬੱਸ ਦਾ ਸਾਹਿਬ ਦਾ। ਹਾਂਜੀ, ਬੱਸ ਔਰ ਸਕੋਰਪੀਓ ਗੱਡੀ ਵਿੱਚ ਹੋਈ ਆ। ਹਾਂ, ਇਹਦਾ ਕਾਰਨ ਕਿੱਦਾਂ, ਕਾਰਨ ਕੀ ਹੋਇਆ ਐਕਸੀਡੈਂਟ ਦਾ? ਇਹਦੇ ਬਾਰੇ ਤਾਂ ਹੁਣ ਆਪਣੇ ਤਫਤੀਸ਼ ਕਰ ਰਹੇ ਹਾਂ। ਓਕੇ, ਕੰਡੀਸ਼ਨ ਕਿੱਦਾਂ ਜੀ? ਬੰਦਿਆਂ ਦੀ ਜਿਹੜਾ ਪੇਸ਼ੈਂਟ ਇੱਕ ਦਾਖਲ ਹੈਗਾ, ਉਹਦੀ ਕੰਡੀਸ਼ਨ ਕਿੱਦਾਂ? ਉਹ ਡਾਕਟਰ ਦੱਸਣਗੇ ਨਾ।